ਬਈ ਆ ਚੀਜ਼ ਬਣੀ ਆ ਜੇ ਕਿਸੇ ਨੂੰ ਇਹ ਡਿੱਕਾ ਪਾਉਂਦੀ ਸੀ ਚੀਜ਼ ਆ ਵੀ ਕਿਸੇ ਨੇ ਪੁਰਾਣਾ ਖੁੰਡੀ ਛੇੜ ਲਿਆ ਆਹ ਤਾਂ ਆਪਾਂ ਕੱਟ ਧਮਕਾ ਛੱਡਿਆ ਦੇਖੋ ਸੱਚੀ ਗੱਲ ਦੀ 26 ਨਵੰਬਰ ਸਵਾਗਤ ਦਿੱਤੀ ਤੇ ਆਹ ਬਸ ਜਿਹੜਾ ਕੱਲ੍ਹ ਤੁਹਾਨੂੰ ਪਿਛਲੀ ਵਲੋਗ ਦੱਸਿਆ ਸੀਗਾ ਨੰਬਰ ਪਲੇਟ ਲਾਤੀ ਆਪਾਂ ਪਿੱਛੇ ਪਰ ਕਸੀ ਇੱਕ ਸਕਰੀਵ ਨਾਲ ਇੱਕ ਉੱਥੇ ਤੁਹਾਨੂੰ ਲੈ ਕੇ ਆ ਰਹੇ ਹਾਂ ਲਈ ਹੋਈ ਸੀਗੀ ਇਹ ਯਾਨੀ ਆਹ ਇੱਕ ਸਕਰੀਵ ਖੁੱਲ੍ਹ ਗਿਆ ਸੀ ਮੈਂ ਆਹ ਖੋਲ੍ਹ ਕੇ ਰੱਖਦਾ ਮੈਂ ਡੈਕਣ ਨਾ ਪਵੇ ਸੋਹਣੀ ਬੜੀ ਸੀ ਅਨੰਦਪੁਰ ਸਾਹਿਬ ਹੀ ਜਾ ਕੇ ਆਈ ਆ ਉੱਥੋਂ ਆਉਂਦੀ ਆਉਂਦੀ ਖੁੱਲ੍ਹ ਗਈ ਸੀ ਆਹ ਵੀ ਚਾਹ ਬੇਚਾਰੇ ਨੂੰ ਉਹ ਸ਼ੁੱਧ ਜਿਹਾ ਬਣਾਉਣ ਲੱਗਿਆ ਵੀ ਟੂਲ ਟਾਲ ਖਾਲੀ ਕਰਤਾ ਅਤੇ ਬਿੱਲੀਆਂ ਦੇ ਕੰਮ ਸੁੱਤੀ ਪਈ ਰਾਤ ਨੂੰ ਸੀਟ ਦੇ ਉੱਤੇ ਊਂ ਕਦੇ ਨਹੀਂ ਲੈ ਊਂ ਇਹਨਾਂ ਨੇ ਕਦੇ ਨਹੀਂ ਬਹਿਣਾ ਜਿੱਦਣ ਧੋਤੀ ਚੀਜ਼ ਖਣੀ ਪੈੜੀਆਂ ਉੱਤੇ ਨੂੰ ਬਾਹਲੀਆਂ ਦਿਖਦੀਆਂ ਨੇ ਪਤਾ ਨਹੀਂ ਉਹ ਬਾਹਲਾ ਹੋਣੀ ਹੁੰਦੀਆਂ ਨੇ ਆਹ ਵੀ ਪਲੇਟ ਜੀ ਲਾਤੀ ਇਹਨੂੰ ਦੇਖਾਂਗੇ ਇੱਥੇ ਜੇ ਸੈੱਟ ਆਉਂਦੀ ਹੋਈ ਇੱਥੇ ਲਾ ਦਾਂਗੇ ਹੋਣੀ ਚੱਲਿਆ ਨਿੰਦੀ ਕੋਲੇ ਬਾਈ ਕੋਲੇ ਉਹਦੇ ਕੋਲੇ ਕੀ ਸੀ ਨਾਮ ਕੇ ਐਸ ਫਤਿਹ ਯੋਧਾ ਆਹ ਕਰਾ ਲਾ ਹੀ ਆਹ ਵੀ ਟੱਚ ਲਵਾਉਂਦੇ ਹਾਂ ਸਾਰੇ ਕੰਮ ਇੱਥੇ ਬਾਈ ਨੂੰ ਫੋਨ ਲਾਇਆ ਇਹਦਾ ਹੁਣੇ ਹੀ ਆਇਆ ਜਾਂਦਾ ਲਿਸ਼ਕਦਾ ਲਿਸ਼ਕਾਉਂਦਾ ਲਿਆ ਕੇ ਇੱਥੇ ਫੇਰ ਲਾਤਾ ਇਹਦੇ ਪਹੁੰਚ ਗਈਆਂ ਬਸ ਟਿਕਾਣੇ ਲਾਉਣ ਲੱਗੀਆਂ ਟਰੈਕ ਦੇ ਉੱਤੇ ਬੰਪਰ ਉੱਪਰ ਬਣਦਾ ਹੋਊ ਇਹਦਾ ਹੁਣ ਦੇਖੋ ਤਾਈ ਹਾਲੇ ਤੱਕ ਤਾਂ ਹਾਲਾਤ ਬਿਹਤਰੀ ਆ ਪਰ ਅੱਗੇ ਪਤਾ ਨਹੀਂ ਇਹਦੇ ਨਾਲ ਕੀ ਹੋ ਸਕਦਾ ਪੂਰੇ ਜਮਾ ਹੀ ਬੰਬ ਬਣ ਜਾਵੇ ਡਰਾ ਡਿੱਕ ਲੱਗ ਜਾਵੇ ਤੇ ਜਾਣੀ ਫਿਲਹਾਲ ਦੀ ਘੜੀ ਦਾ ਥੋੜ੍ਹਾ ਜਿਹਾ ਇਹ ਹਾਲਾਤ ਨੇ ਪਤਾ ਨਹੀਂ ਹੈਗੀ ਤਾਂ ਜਾਣੀ ਮੈਂ ਤਾਂ ਹੁਣ ਖੜਾ ਇੱਥੇ ਟੈਰ ਟੂਰ ਲੈਣੇ ਪਾਤੇ ਆਹ ਵੀ ਬਾਹਰ ਕੱਢਤੇ ਜਮੇ ਸਹੀ ਹੈ ਘਰੂ ਅਗਲਾ ਕੁਛ ਨਾ ਕੁਛ ਤਾਂ ਆਪਾਂ ਹੀ ਆਪ ਹੀ ਕੰਮ ਸਟਾਰਟ ਕਰ ਲਿਆ ਪੈਪ ਖੋਲ੍ਹ ਕੇ ਰੱਖਤਾ ਅਤੇ ਆਹ ਖੁੱਲ੍ਹ ਜਾਂਦਾ ਜੀ ਮੈਂ ਕੋਟਲਾ ਗਿਆ ਤਾਂ ਖੜਾ ਦੀ ਸੱਚ ਭਾਈ ਦੀ ਸੀ ਰੱਬ ਆਸਰੀ ਹੈ ਤਾਂ ਡੰਡਾ ਆ ਅਤੇ ਆਹ ਖੋਲ੍ਹਣ ਲੱਗਿਆ ਹੋਇਆ ਇਕੱਲੇ ਪਾਸੇ ਆਹੀ ਪੈਪ ਨਵਾਂ ਲੱਗਣਾ ਨਾ ਸੈਂਟਰ 'ਚ ਲੱਗਿਆ ਵਾ ਇੰਨੀ ਬਸ ਵੀਡੀਓ ਬਣਾਉਣੀ ਆ ਅਤੇ ਆਹ ਦੋ ਨਾਲ ਖੁੱਲ੍ਹਣੇ ਆ ਅਤੇ ਉਹ ਵਾਲੇ ਇੱਕ ਦੋ ਤਿੰਨ ਚਾਰ ਅਤੇ ਪੰਜ ਦੋ ਖੋਲ੍ਹ ਲਏ ਉੱਤੇ ਵਾਲੇ ਆਹ ਵੀ ਖੋਲ੍ਹਤਾ ਬਾਕੀ ਖੋਲ੍ਹ ਲਏ ਆ ਜਾਣੂ ਉਹ ਨਿੰਦੀ ਪੈਪਾਂ ਪਾਈਆਂ ਲੈਣ ਗਿਆ ਹੋਇਆ ਆ ਲਓ ਜੀ ਵਧਾਈਆਂ ਹੋਈਆਂ ਇਹ ਕਿੱਥੇ ਗਿਆ ਇੱਥੇ ਡੈਪਿਆ ਕਿਤੇ ਨਵੇਂ ਨਵੇਂ ਹਾਲੇ ਤਾਂ ਪਹਿਲੀ ਵਾਰੀ ਖੋਲ੍ਹਣ ਲੱਗਿਆ ਸੀਗਾ ਪਹਿਲੀ ਵਾਰੀ ਗਾਣ ਕਰ ਛੱਡਿਆ ਚਲੋ ਜ਼ੋਰ ਹੀ ਵਾਲਾ ਹੈ ਉਹ ਟੈਡ ਵਾਲੇ ਕੀਤੇ ਹੋਏ ਨਾਡੇ ਯਾਰ ਕੱਲ੍ਹ ਟੱਚ ਮਾਰ ਕੇ ਹੁਣ ਤਾਂ ਮਿਸਤਰੀ ਦੇ ਖੜ੍ਹੇ ਹਾਂ ਖੋਲੂ ਆਪੀ ਰੱਬ ਰਾਖਾ ਆਪਾਂ ਇੱਕ ਤਾਂ ਤੋੜੇ ਸੀਗਾ ਇਹਦਾ ਦੂਜਾ ਵੀ ਤੋੜਤਾ ਹਾਂਜੀ ਸਾਹਿਬ ਜੀ ਖੁੱਲ੍ਹਣਾ ਪੂ ਡਰਬੋ ਦੇਖਦੇ ਆਮ ਬਰਾ ਤੋਂ ਕਈ ਛੱਡ ਜਾਣਾ ਲੋੜ ਹੀ ਨਹੀਂ ਖੋਲ੍ਹਣ ਦੀ ਪੰਗਾ ਜਿਹਾ ਹੋਰ ਹੀ ਪੈ ਗਿਆ ਟੈਡ ਵਾਲੇ ਕੀਤੇ ਚੱਲ ਕੋਈ ਚਲੋ ਦੇਖਦੇ ਹਾਂ ਬਾਕੀ ਕੀ ਬਣਦਾ ਕੀ ਨਹੀਂ ਬਣਦਾ ਖੋਲ੍ਹ ਲਈ ਆ ਬੈਂਡੀ ਤਾਰਾ ਸਾਰੀ ਖੋਲ੍ਹਤੀ ਮੈਂ ਸਾਰੀ ਖੋਲ੍ਹਤੇ ਆ ਥੱਲੇ ਵਾਲੇ ਵੀ ਖੋਲ੍ਹਤੇ ਬਸ ਚੱਕ ਬਸ ਚੱਕ ਬੈਂਡੀ ਇੱਕ ਮਿੰਟ ਬਸ ਇਹ ਇਹ ਆ ਜਾ ਆਹੋ ਗੱਲ ਇਹ ਵੀ ਠੀਕ ਆ ਆਪਾਂ ਨੂੰ ਚਾਹੀਦੀ ਆ ਪਲੇਟ ਆਹ ਆ ਨਹੀਂ ਵੱਢਣੀ ਆਪਾਂ ਨਹੀਂ ਆਪਾਂ ਨਵੀਂ ਬਣਾਉਣੀ ਆ ਇਹਦਾ ਤਰ੍ਹਾਂ ਇਦਾਂ ਚਲੋ ਜੀ ਇਹ ਆਪਾਂ ਸੀਜ਼ਨ ਚ ਆਹੀ ਲਾ ਲਿਆ ਕਰਨਾ ਕਿਉਂ ਲਾਉਣੀ ਕਿਉਂ ਆ ਸੀਜ਼ਨ ਚ ਇਹ ਸੀਜ਼ਨ ਚ ਇਹ ਕਿਉਂ ਲਾਉਣੀ ਹੁੰਦੀ ਆ ਸੀਜ਼ਨ ਪਤਾ ਨਹੀਂ ਕਦੋਂ ਲਾਉਣੀ ਹੁੰਦੀ ਦੂਜੀ ਹੋਗਾ ਭਰਾਉਂਦੀ ਹੈ ਨਾ
ਉਹ ਕਹਿੰਦੇ ਕੰਮ ਵਾਲੇ ਟਾਈਮ ਨਾ ਲਾਓ ਉਹ ਹੈਗਾ ਜੈਨ ਜੂਨ ਤਾਂ ਆ ਟੱਲਾ ਸੀਗਾ ਨਾ ਹੁਣ ਮੈਂ ਖੋਲਿਆ ਨਾ ਇਹ ਟਾਇਰ ਨਹੀਂ ਸੀਗਾ ਇਹ ਟੱਲਾ ਸੀ ਕੱਲਾ ਹੀ ਵਾਸ਼ਨਾ ਪਾ ਦਾਂਗੇ ਸਪਰਿੰਗ ਵਾਲੀਆਂ ਮੈਨੂੰ ਤਾਂ ਲੱਗਦਾ ਖੋਲੀ ਜਾਣੇ ਜਗ੍ਹਾ ਤਾਂ ਬਹੁਤ ਆ ਜਗ੍ਹਾ ਤਾਂ ਬਹੁਤ ਆ ਖੋਲੀ ਸਕਦੇ ਆ ਬਾਕੀ ਕੁਛ ਪਤਾ ਨਹੀਂ ਚਾਬੀ ਆ ਆਪਣੀ ਪਾਣਾ ਦਿਨ ਦਿਹਾੜੇ ਪਟਾਕੇ ਚੱਲੀ ਜਾਂਦੇ ਗੁਰਪੁਰਬ ਆਉਣਾ ਕੱਲ੍ਹ ਨੂੰ ਅਤੇ ਉਹਦੇ ਕਰਕੇ ਗੀਤਣਾ ਪੈਂਦਾ ਇਹਨਾਂ ਦੇ ਅੱਜ ਇਹਨੂੰ ਹੱਥ ਪਾਉਣੇ ਹੁੰਦੇ ਆਪਾਂ ਗਰਮ ਕਰ ਲੈਂਦੇ ਹਾਂ ਸੌੜ ਕਰਕੇ ਸਿਟੀ ਮਰਾ ਕੇ ਦੇਖਦੇ ਵੈਸੇ ਤਾਂ ਸਾਨੂੰ ਪਤਾ ਵੀ ਰੰਗ ਸਲਾਂਸਰ ਤੇ ਖੜਦਾ ਨਹੀਂ ਹੁੰਦਾ ਕਦੇ ਵੀ ਅਸੀਂ ਮੈਟ ਮਾਰਨੀ ਟਰਾਈ ਕਰਦੇ ਹਾਂ ਖਰਗਣ ਲੱਗਿਆ ਹੋਇਆ ਇਹਦੇ ਨਾਲ ਅਤੇ ਮੈਟ ਮਾਰ ਕੇ ਦੇਖਾਂਗੇ ਰੰਗ ਵੀ ਜੇ ਤਾਂ ਖੜ ਗਿਆ ਠੀਕ ਆ ਜੇ ਮੱਚ ਗਿਆ ਉਹ ਕਰੋਮ ਕੌਣ ਕਰੂ ਕਰੋਮ ਨਾ ਕਰਾ ਦੀਏ ਕਰੋਮ ਨਾ ਕਰਾ ਦੀਏ ਭਰਾ ਅਗਲੇ ਜੀ ਚਮਕਾ ਛੱਡਿਆ ਦੇਖੋ ਆਹ ਜਾਣੀ ਇੱਥੋਂ ਪੱਧਰ ਹੋ ਗਿਆ ਅਤੇ ਰੰਗ ਮਾਰ ਦਾਂਗੇ ਇੱਕ ਵਾਰੀ ਉਹ ਵੀ ਮੈਟ ਰੰਗ ਮਾਰ ਦਿਆਂਗੇ ਜਿੰਨਾ ਕੁ ਟਾਈਮ ਵੀ ਖੜ ਗਿਆ ਚੱਲ ਹੁਣ ਕਿਹੜਾ ਇਹਨੇ ਬਾਹਲਾ ਗਰਮ ਹੋਣਾ ਹੁਣ ਤਾਂ ਆਈ ਆ ਗੇੜੇ ਗੋੜਿਆਂ 'ਤੇ ਇੱਕ ਸਮਰਾਲੇ ਜਾਣਾ ਬਸ ਬਸ ਚੱਲ ਇੱਥੇ ਹੀ ਆ ਕਿੰਨਾ ਗਰਮ ਹੋ ਜੂ ਸੀਜ਼ਨ ਸੀਜ਼ਨ 'ਚ ਰੰਗ ਮੱਚ ਜੂ ਮੱਚੀ ਜਾਵੇ ਫਿਰ ਹੋ ਜੂ ਚੱਲ ਅਤੇ ਰੰਗ ਖੜਦੇ ਨਹੀਂ ਹੁੰਦੇ ਨਾ ਸਲਾਂਸਰਾਂ ਦੇ ਥੋੜ੍ਹਾ ਬਹੁਤ ਟਾਈਮ ਨਹੀਂ ਹੁੰਦਾ ਜਿਹੜੀ ਓਰੀਜਨਲ ਆਉਂਦੀ ਆ ਕੋਟਿੰਗ ਹੁੰਦੀ ਆ ਇਹ ਰੰਗ ਤਾਂ ਮਿੰਟ 'ਚ ਮੱਚ ਜੂਗਾ ਕਿਹਦੇ ਬਾਈ ਕੋਲ ਆਇਆ ਹੋਇਆ ਦੱਸ ਵਜੇ ਦੇ ਸਵਾ ਦੋ ਹੋ ਗਏ ਟਾਈਮ ਬਹੁਤ ਅਨਮੋਲ ਹੈ ਅਤੇ ਜੈਨ ਜਿਹਾ ਬਣਾਉਣ ਲੱਗੇ ਹਾਂ ਟਰਬੋ ਦਾ ਗੱਡੀ ਆ ਪੱਖੀ ਵਿੱਚ ਹੁਣ ਗੋਟੀ ਨਹੀਂ ਹੈਗੀ ਟੇਢੀ ਵਾਲੀ ਗੋਟੀ ਪੈ ਜਾਣੀ ਸੀ ਆਹ ਖੋਲਣ ਲੱਗੇ ਹਾਂ ਸ਼ੋ ਆਹਦਾ ਵੱਡੀ ਹੋਈ ਆ ਜਦੋਂ ਟਰਬੋ ਲਾਈ ਆ ਉਦੋਂ ਵੀ ਖੋਲੀ ਹੋਈ ਸੀ ਨਾ ਇੱਕ ਅਸੀਂ ਨਹੀਂ ਹੈਗੀ ਹਲੇ ਤਾਂ ਇਹਨੂੰ ਵੀ ਪੱਤੀ ਲਾਉਣੀ ਆ ਐਂ ਇੱਥੇ ਪੱਤੀ ਲੱਗਣੀ ਆ ਸਾਹ ਵਾਲੀ ਪੈਪ ਨੂੰ ਇਹ ਵੀ ਪਤਾ ਨਹੀਂ ਕਦੋਂ ਕਰਨੀ ਇਹਨੇ ਇੱਥੇ ਵੀ ਪੱਤੀ ਲਾਉਣ ਵਾਲੀ ਯਾਰ ਬਾਅਦ ਲਾਵਾਂਗੇ ਟਾਈਮ ਇਹਨੂੰ ਆਹ ਹੋਲਡ ਕਰਨੀ ਆ ਇਹ ਡਿੱਕਾ ਪਾਉਂਦੀ ਸੀ ਚੀਜ਼ ਅਤੇ ਖੋਲ ਛੱਡੀ ਗਈ ਬਾਹਲੀ ਕਸੂਤੀ ਥਾਂਵੇਂ ਲੱਗੇ ਹੋਏ ਆ ਵੀ ਅਤੇ ਦੇਖੋ ਕਦੋਂ ਬਣਦੀ ਆ ਇੱਥੇ ਨਗਰ ਕੀਰਤਨ ਵੀ ਆ ਜਾਣਾ ਕੰਮ ਰੋਕਣਾ ਪੈਣਾ ਬਸ 2:00 ਸਵਾ 2 ਹੋ ਗਏ ਆ 2:30 ਵੱਜ ਗਿਆ ਅੱਜ 4 ਨਗਰ ਕੀਰਤਨ ਆ ਜਾਣਾ ਮੈਨੂੰ ਲਾ ਦੋ ਬਲ ਹੁੰਦੇ ਨਹੀਂ ਰੱਬ ਰੱਖਾ ਹੀ ਆ ਅਤੇ ਕੀ ਕਹਿੰਦੇ ਹੁੰਦੇ ਆ ਹੁਣ ਦੇਖੋ ਹੁਣ ਬਣੂਗੀ ਸੀਟੀ ਉਹ ਬੰਦਾ ਥਾਰਦਾ ਕੰਮ ਚੱਲਦਾ ਉੱਧਰ ਬੰਪਰ ਉਮਪਰ ਜਿਹੜੇ ਆਹ ਲਾਇਆ ਇਹਨੇ ਚੌਂਝ ਜਿਹੀ ਉਹ ਬੇਟ ਰੰਗ ਆਹ ਦੂਜਾ ਬੇਟ ਕਹਿ ਗਿਆ ਸਲਾਂਸਰ ਰੰਗ ਕਰਤਾ ਉਹ ਪਿਆ ਇੱਕ ਕੋਡ ਮਾਰਤਾ ਇੱਕ ਅੱਧਾ ਕੋਡ ਹੋਰ ਨਗਾਲਾਂਗੇ ਚਲੋ ਜਿੰਨਾ ਕੁ ਵੀ ਟਾਈਮ ਆ ਜੰਗਾਲੇ ਨਾਲ ਤਾਂ ਠੀਕ ਹੀ ਆ ਮਾੜਾ ਮੋਟਾ ਲੈ ਜੂ ਲਹੀ ਜਾਊਗਾ ਕਿਹੜੀ ਗੱਲ ਆ ਗੁੱਡੀ ਤੋਂ ਗੁੱਡੀ ਤਾਂ ਉੱਨੀ ਵੀ ਹੈਣੀ ਯਾਰ ਜੇ ਮੰਨ ਕੇ ਚੱਲੀਏ ਗੁੱਡੀ ਤੋਂ ਲਾ ਕੇ 17 ਇੰਚ ਬਣਿਆ ਅਤੇ ਟਾਇਰ ਇਹ ਵੱਜਦੇ ਆ 2 ਫੁੱਟੇ ਸਾਡੇ 2 ਫੁੱਟੇ ਹੈ ਤਾਂ ਹੈ ਨਹੀਂ ਸਪੀਡ ਵੇਸ ਦੇ ਟਾਇਰ ਇਹ ਤੁਸੀਂ ਆਪਾਂ ਗੁੱਡੀ ਤੋਂ ਲਾ ਲੈਂਦੇ ਚੱਲ ਅੰਦਾਜ਼ਾ ਲਾਉਂਦੇ ਹਾਂ ਗੁੱਡੀ ਤੋਂ ਰੱਖ ਕੇ ਇੱਥੇ ਤੱਕ ਲਾ ਲਓ ਆ ਕਿੰਨਾ ਕੁ ਬਣਿਆ 19 ਆਉਂਦੇ ਆ ਇਹ ਗੁੱਡੀ ਤੋਂ ਮਾੜਾ ਜਿਹਾ ਬਾਹਰ ਰੱਖ ਰਿਹਾ ਸਹੀ ਇਹਦੇ ਵਿੱਚ ਫਿਰ ਵੀ 19 ਨਹੀਂ ਹੈਗੇ
19 ਲਾ ਲਓ ਯਾਰ 19 ਹੋਣਗੇ ਤੇ ਪਤੰਦਰ ਦੇ ਟਾਇਰ ਵੱਜਦੇ ਆ ਇਹ 2 ਫੁੱਟ ਇਹ ਕੀ ਬਾਤ ਹੋਈ ਬਾਈ ਆਵਾ ਜਨ ਇਹਦੀ ਰਬੜ दस ही रैम पूरा दस आ बी दस हम कि होगा 16 ए जिन्ना चले जाना पिछले जिन्ना अरे ये गुड्डी गुड्डी 16 वो यही गल आ बी पूरी गुड्डी 16 आह चीज बाहर है जैन जहा कट लिया इतो नापा लैके आह आला दुआरे बना रहे आ तो आप भाई रख लिया इनू नहीं आप छेड़िया है रख आप आ भी वरत सकते भी वरत सकते इतों वढ़ के आ भी अपने काम आ जाने से इतों वढ़ के आ भी काम आ जाने से पर आप गोल पै भाई रख ली जदों जी किया ला लाँगे दुआरे सीटी रब जगह वा ये कितने सीधी हवा जानी है कितने वो ए घूम के जानी है ना चलो अलग अलग सब दी अपने नॉलेज यही गल आ भी यही चाहिए है सीधी पैप उन्होंने सीधी उही गल भी सीधी जाती है ना तो आप बिल्डिंग करा दी थी जे किसी नहीं पता हो भाई आ कार्ड नंबर डरबूआ दस जी ये तो पता ही हो सारे कहो आह चीज़ा की ने छुट्टी तो दूजे दिन ना होंगी जी टच्चर वजी हुई उन्होंने चल ਉਹੀ ਹੁੰਦੀ ਆ ਵਾਪਸੀ ਵਾਲੀ ਟਰੈਕਟਰਾਂ ਦੇ ਨੇ ਇਹਨਾਂ ਨੇ ਕਿੱਥੋਂ ਉਹ ਗਰਮ ਹੋਣੇ ਆ ਰੋਵਰ ਗਰਮ ਹੁੰਦਾ ਆਹ ਖੁੱਲ ਜਾਂਦਾ ਹੁੰਦਾ ਟਰੱਕ ਦੀ ਹੁੰਦੀ ਹੈ ਨਾ ਰੋਵਰ ਹੀਟ ਹੋ ਗਿਆ ਜਾਂ ਕੁਛ ਹੋ ਗਿਆ ਉਹ ਇੰਨੇ ਖੁੱਲ ਜਾਣਾ ਇੱਥੋਂ ਇਹਦੇ ਸਾਈਡ 'ਤੇ ਡੱਚ ਢੂਚੂ ਲੱਗਦਾ ਇੱਥੇ ਅਤੇ ਉਹਦੇ ਲਈ ਆਪਾਂ ਨੂੰ ਸ਼ੋਅ ਵੱਢਣੀ ਪੈਣੀ ਸੀਗੀ ਉਹ ਬਾਹਰ ਆਉਣਾ ਸੀ ਇੱਥੇ ਆਉਣਾ ਸੀ ਲਗਭਗ ਮੈਂ ਕਹਿੰਦਾ ਐਡਾ ਜਗਾੜ ਜਿਹਾ ਹੁੰਦਾ ਇੱਥੋਂ ਐਂ ਲੱਗਦਾ ਇਹਨਾਂ ਨਾਲ ਲੱਗਦਾ ਸਾਨੂੰ ਕਿਹਦੇ ਨਾਲ ਹੁੰਦਾ ਅਤੇ ਉਹ ਤਾਂ ਆਪਾਂ ਕੀ ਕਰਨਾ ਸੀ ਆਪਾਂ ਨੂੰ ਇਕੱਲਾ ਆਹ ਚਾਹੀਦੀ ਇੱਥੋਂ ਜਿਹੜੀ ਲੱਗੀ ਹੋਈ ਆ ਅਤੇ ਰਜੈਨ ਬਣਾਈ ਜਾਂਦੇ ਹਾਂ ਹੁਣ लिखी हू है लिखा हुआ ओही आ यूट्यूब ते इंस्टा ये भी एक्टिव रहिंदे आ जोबर के एस पते जोधा ते उधरों एक्टिव रहिंदे आ उहदे काम करन नूं लै जांदे आ ओह गल होर आ के नहीं मैं कहा जोबर इंस्टाग्राम ते ते यूट्यूब ते फुल एक्टिव आ थोड़ा जिहा काम करन ढले आ ओह गल होर आ धन्यवाद जी रीझ नाल आवे रीझ हुंदी आ ना सारी दिहाड़ी लवा के आपां रीझ लवा दी बंदे दी वो तो ठीक आ काम तो आप ही करना सीटी सीटी ये कोई राज तो नहीं है अंदरों दिखाई नहीं है दिखाई दिखा दिए फिर भी नहीं बननी मजाक करता मैं बहरला जैन हो गया जोड़ा सैलेंसर कन्नी लगना बहरले पासे आ डरबूरा हो गया ये अंदर पासे लगना मैं साफ सूफ कड़ता रगड़ता सारा आ जानी बहरले पासे खराब सूब निकलूगा हाँ मैं ये ना साफ करता आप लग्या हो कोई सब आप ही अगे हो ना कुछ भी नहीं बस आही चीज होंगी है एक होर पैना ना सच्ची गल आई हों सीधी पैक जगाड़ जा कोई है चल अगे दिखाने मैनु भी पता लग जो नाले की है घू घू तो बड़ी सुंदर रहने सारे चंगे देखी हुई है गोल जाती है एक तेन ए तकोनी बना देंगे इतों आए नहीं जाती होंगी ये माड़ा मोटा कुछ करते मैनू भी नहीं पता की करते जिसे डरबो सीटी मार दी बैक छिक सीटी तो अही होगी सीटी तो लगातार मार दी है बड़ी डरबो तो मार दी है जमे आ वा ये मारी ही जाती है लगातार ही देखी हुई है तो जी बैक सीटी आ आप बनवा लगे हुए हैं अरे अंदर जानी थोड़ी जी लग गया पता मैं
ਹੋਰ ਚਲਾਨ ਕਰਾ ਦੀ ਆਪਾਂ ਇਹਨਾਂ ਦਾ ਨੰਬਰ ਤਾਂ ਨੀ ਦਿਖਿਆ ਹੋਰ ਨਾ ਵੀਡੀਓ ਰਾਹੀਂ ਚਲਾਨ ਹੋ ਜਾਵੇ ਅੱਗੇ ਹੋਏ ਆ ਸਾਡੇ ਨਾਲ ਦੇ ਆਪਣਾ ਆਪਣਾ ਚਲਾਨ ਨੀ ਸੀ ਹੋਇਆ ਚਾਹੇ ਮੌਕਾ ਹੀ ਸੀਗਾ ਮੌਕੇ ਤੇ ਵੀ ਨੀ ਹੋਇਆ ਭਾਜੀ ਪਾ ਅੱਛਾ ਇਹਨੂੰ ਐਂ ਕੱਟ ਐਂ ਅੰਦਰ ਅੰਦਰ ਲੱਗਣੀ ਥੋੜ੍ਹੀ ਜਿਹੀ ਇਹ ਥੋੜ੍ਹੀ ਜਿਹੀ ਅੰਦਰ ਚਲੇ ਜਾਣੀ ਹੈ ਨਾ ਬਾਕੀ ਹੁਣ ਇਹੀ ਜਾਣਨ ਉਹ ਫਿਰ ਬਾਈ ਉਹਨਾਂ ਦੀ ਵੀ ਗੱਲ ਠੀਕ ਆ ਉਹੀ ਪੈਪ ਚਾਹੀਦੀ ਆ ਜੋ ਕੰਮ ਵਾਲੇ ਇਹਦਾ ਉਹ ਹੋਊਗਾ ਭਰਾਊ ਉਹਦਾ ਵੈਰੀ ਗੁੱਡ ਸੀਡੀ ਤਾਂ ਬਣ ਜੂ ਸਮਝ ਗਏ ਕਹਾਣੀ ਉਹ ਤਾਂ ਹੀ ਨਾ ਆਪਣੇ ਹਲਵਾਰੇ ਜੀ ਨੇ ਕਹਿੰਦੇ ਸੀ ਜਾਣੀ ਉਹ ਗੱਲ ਕੀਤੀ ਉਹਨਾਂ ਨੇ ਕਹਿੰਦੇ ਵੀ ਕੰਮ ਵੇਲੇ ਆਹੀ ਪੈਪ ਰੱਖੇ ਖੁੱਲ੍ਹੀ ਜਿਹੜੀ ਆਹ ਆਪਣੇ ਹੁਣ ਲੱਗੀ ਹੋਈ ਆ ਵੀ ਉਹ ਥੋੜ੍ਹਾ ਜਿਹਾ ਹੌਂਕਾ ਭਰਾਉਂਦੀ ਆ ਵੀ ਖਿੱਚਦੀ ਆ ਹਵਾ ਪੂਰੀ ਨਹੀਂ ਜਾਣ ਦਿੰਦੀ ਹੈਗੀ ਗੱਲ ਵੀ ਸਹੀ ਆ ਬਾਈ ਘੁੱਟਦੀ ਯਾਰ ਅੰਦਰੋਂ ਬਲੌਗ ਆਪਣਾ ਡਿਲੀਟ ਨਾ ਕਰਨਾ ਪੈ ਜੇ ਸਿਟੀ ਮਾਰੇ ਬਸ ਬੈਕ ਖਿੱਚੇ ਚਲੋ ਛੈੱਕ ਸੱਚ ਸਿਟੀ ਕਹਿ ਗਿਆ ਖਿੱਚੇ ਛੈੱਕ ਜੀ ਪਿੱਛੇ ਨੂੰ ਹੈਂ ਡਿਲੀਟ ਵਾਲਾ ਕੰਮ ਨਾ ਹੋ ਜਾਵੇ ਇੰਨੀ ਮਿਹਨਤ ਵੀ ਮਾਰੀ ਮੈਂ ਤੜਕੇ ਦਾ ਖੜਾ ਹਾਂ ਵੀ ਇੱਥੇ ਡਿਲੀਟ ਵਾਲੀ ਆਪਸ਼ਨ ਨਾ ਚੱਕਣੀ ਪੈ ਜਾਵੇ ਹੋਰ ਡਿਲੀਟ ਹੀ ਕਰਨਾ ਪੈ ਜਾਵੇ ਬਲੌਗ ਸਿਟੀ ਵੀ ਨਾ ਬਣੇ ਪਰ ਨਹੀਂ ਤੇ ਮੈਨੂੰ ਆਹ ਗੱਲ ਦਾ ਮਾਣ ਸੀਟੀਆਂ ਤੂੰ ਮੈਂ ਜਿੰਨੀਆਂ ਤੇਰੀਆਂ ਸੀਟੀਆਂ ਲੱਗੀਆਂ ਦੇਖੀਆਂ ਪੂਰੀਆਂ ਸਿਰ ਹੀ ਹੈ ਦੂਜੇ ਜਗਰਾਜ ਨਾਲੇ ਤੇ ਨਾਲੇ 25 ਨੰਬਰ ਡਰਬ ਹੋਈ ਆ ਓਰੀਜਨਲ ਹਾਲੈਂਡ ਦੇ ਲੱਗੀ ਹੋਈ ਆ ਉਹ ਸੀਟੀ ਐਂ ਸੌਂਦੀ ਆ ਮਾੜੇ ਹਰੇ ਛੱਡੇ ਸੀ ਨਾਲ ਹੀ ਸੌਣੇ ਆਉਂਦੀ ਆ ਵੀ ਸੀਟੀ ਵੱਜੀ ਕਿਵੇਂ ਹੁੰਦੀਆਂ ਨੇ ਦੀਦੀ ਕਿਵੇਂ ਮਾਰਦੀ ਹੁੰਦੀ ਆ ਸੀਟੀ ਆਹੀ ਸੀ ਆਹੀ ਸੀ ਤਕੋਣ ਜੀ ਦਾ ਬਹੁਤ ਕੱਢਦੀ ਦਿਖਾਈ ਇੱਧਰ ਨੂੰ ਥੋੜ੍ਹਾ ਲੱਗਦਾ ਭਰਾਵਾ ਦੋਨੇ ਪਾਸੇ ਨੂੰ ਜਿਵੇਂ ਅੱਧਾ ਕੱਟਿਆ ਹੁੰਦਾ ਬੰਪਰ ਬਣਾਉਣਾ ਪਿਆ ਪਲੇਟਾਂ ਉਹਦੇ ਕੰਮ ਲੈ ਰਿਹਾ ਜਿੰਨੇ ਜੈਨ ਜੁਣ ਬਣਾਏ ਆ ਬੰਪਰ ਨਾਲ ਬਣਾਏ ਆਹ ਵੀ ਕੰਮ ਠੀਕ ਆ ਬੰਪਰ ਕੰਮ ਆ ਗਿਆ ਆਹ ਹਾਲ ਵਾਧੂ ਪਿਆ ਉਹਦੇ ਪਲੇਟਾਂ ਕੱਟ ਲਈਆਂ ਵਿੱਚੋਂ ਕੱਟ ਕੇ ਦੋਨੇ ਜੈਨ ਉਹਦੇ ਬਣੇ ਓ ਵਾਓ ਸਰਪ੍ਰਾਈਜ਼ ਓ ਵਾਓ ਸੈਲਫਸਾਰ ਹੋਣ ਵਾਲੀ ਯਾਰ ਇਹਦੇ ਜਿਹੜਾ ਹੋਲੈਂਡ ਤੇ ਆਉਂਦਾ ਆਹ ਆਉਂਦਾ ਨੀ ਹੋਏ ਇਹ ਜਗਾੜ ਚਾਹੇ ਹੋਲਣ ਤੇ ਲੱਗਦਾ ਜਿਹੜਾ ਪਾਉਣ ਲਾਇਆ ਸੀ ਤੇ ਇਹਨੂੰ ਹੁਣ ਕਿਹੜਾ ਲੱਗੂਗਾ ਇਹਨਾਂ ਜਗਾੜ ਵੱਡਾ ਲੱਗੂ ਇਹਦੇ ਤਾਂ ਇਹਨੇ ਪੂਰਾ ਸੀਟੀ ਨਹੀਂ ਦਿਖਾਈ ਹੈਗੀ ਓਵਰ ਏਜ ਦਿਖਾਉਂਦੀ ਆ 4500 ਚੱਕਰ ਤੋਂ ਮੈਂ ਕਹਿੰਦਾ ਜਦੋਂ ਮੁੜਦਾ 4000 ਟੱਪਦੇ ਆਹ ਰੇਸਾਂ ਤੇ ਨਹੀਂ ਆਉਂਦਾ ਹੈਗਾ 1500 ਤੋਂ ਛੱਡੇ 1400 ਤਰਬ ਹੋਏ ਕੰਮ ਸ਼ੁਰੂ ਕਰਦੀ ਹੈ ਜਾਣੀ ਉਸ ਉੱਪਰ ਵਧਾਊ ਉਹ ਤੇ ਆਹ ਰੇਸ 3000 ਦੇ ਨੇੜੇ ਆ ਇਹ ਤਾਂ ਜਮੀਂ ਨਹੀਂ ਮਾਰੀ ਇਹ ਤੇ ਜਦੋਂ ਟੱਪਦੀ ਆ 3000 ਤੋਂ ਉਦੋਂ ਮਾਰਦੀ ਆ ਤੇ ਪੰਪ ਤੋਂ ਮਾਰਦੀ ਆ ਜਾਂ ਸਿੱਧਾ ਰੇਤੀ ਤੇ ਇਹਦੇ ਹੁਣ ਸਾਇੰਟਿਸਟ ਬਣਨਾ ਪੈਣਾ ਭਾਈ ਵਿੱਚ ਬਣਨਾ ਪੈਣਾ ਥੋੜ੍ਹਾ ਜਿਹਾ ਇਹਦੇ ਵੀ ਜਗਾੜ ਜਗੂੜ ਤਾਂ ਕਾਫੀ ਕਰਕੇ ਦੇਖੇ ਇੱਧਰ ਵੀ ਕਰ ਲਿਆ ਇੱਕ ਹੋਰ ਵੀ ਕੀਤਾ ਇੱਧਰ ਸ਼ੋਅ ਖੋਲੀ ਦਾ ਫਾਇਦਾ ਰਹੇ ਹਨ ਹਾਂ ਨਾਲੇ ਆਹ ਹੁਣ ਸਲੰਸਰ ਸਿੱਧਾ ਲਾ ਕੇ ਦੇਖ ਲਿਆ ਇਹਦੇ ਅੰਦਰ ਵੀ ਪੈਪ ਵਧਾ ਕੇ ਦੇਖ ਲਈ ਇੱਧਰ ਨੂੰ ਇੱਕ ਹੋਰ ਲਾਈ ਨਿੱਕੀ ਜੀ ਪਰ ਉਹਨੇ ਵੀ ਕੋਈ ਫਰਕ ਨਹੀਂ ਪਾਇਆ ਹੈਗਾ ਉਹ ਆ ਵੀ ਵੱਡੀ ਹੈ ਯਾਰ
ਉਹ ਜਿਹੜੀਆਂ ਛੋਟੀਆਂ ਨੇ ਉਹ ਸ਼ਾਇਦ ਵੱਧ ਮਾਰਦੀਆਂ 25 ਨੰਬਰ ਏਜੰਸੀ ਕਿੰਨੀਆਂ ਆਉਂਦੀਆਂ ਜਿਵੇਂ ਹੋਲੈਂਡ ਦੇ ਵੀ 25 ਆਉਂਦੀ ਆ 22-25 ਆਉਂਦੀਆਂ ਨੇ ਇਹਨਾਂ ਦੇ ਵੀ 22-22 ਆਉਂਦੀਆਂ ਓਰੀਜਨਲ ਅਤੇ ਇਹ ਬਵਿੰਦਰ ਦੀ ਕਾਟ ਹੈ ਹੈ ਨਾ ਬਾਕੀ ਦੇਖੋ ਟੱਕਰ ਤਾਂ ਮਾਰ ਰਹੇ ਹਾਂ ਹੁੰਦਾ ਸੀਗਾ ਵੀ ਇਹ ਵੱਧ ਮਾਰੂ ਬਾਕੀ ਹੁਣ ਕੁਛ ਨਹੀਂ ਕਹਿ ਸਕਦੇ ਜਿਹੜਾ ਹੁਣ ਤਰੀਕਾ ਵਰਤਿਆ ਸੀਗਾ ਉਹ ਕਹਿੰਦਾ ਵੀ ਹੋਲੈਂਡ ਦੇ ਇੱਦਾਂ ਲੱਗਦੀ ਆ ਵੀ ਜਿੰਨੇ ਹੋਲੈਂਡਾਂ ਦੇ ਲਾਈ ਆ ਆਈ ਸਿਟੀ ਮਾਰਦੇ ਆ ਫੁੱਲ ਜਿਹੜੀ ਆਹ ਵਾਲੀ ਆ ਅਤੇ ਹੁਣ ਇਹਦੇ ਅਲੱਗ ਤਰੀਕਾ ਵਰਤ ਕੇ ਦੇਖੂ ਮੈਨੂੰ ਲੱਗਦਾ ਕੋਈ ਉਹੀ ਗੱਲ ਡਿਲੀਟ ਨਾ ਕਰਨਾ ਪਿਆ ਜੀ ਵਲੌਗ ਸਹੀ ਆ ਤਾਂ ਕਿਸੇ ਨੇ ਯਾਰ ਮਤਲਬ ਪੁੱਛ ਰਿਹਾ ਮੈਂ ਵੀ ਤੁਹਾਨੂੰ ਤੁਹਾਡੀ ਨਿਗਾਹ 'ਚ ਹੈਗਾ ਬੰਦਾ ਕੋਈ ਜਿਹਨੇ 61 ਨੰਬਰ 'ਤੇ ਟਰਬੋ ਲੱਗੀ ਹੋਵੇ 61-51-71 ਦੇ ਆਹ ਮਤਲਬ 61 ਨੰਬਰ 'ਤੇ ਟਰਬੋ ਲੱਗੀ ਹੋਵੇ ਇਹ ਟਰਬੋ ਦੇ ਬੈਕ ਸ਼ੈੱਕ ਲੱਗੀ ਹੋਵੇ ਜਿਵੇਂ ਕਿਸੇ ਟਰੈਕਟਰ 'ਤੇ ਲੱਗੀ ਹੁੰਦੀ ਹੈ ਨਾ ਕਿਸੇ ਨੇ ਲਵਾਈ ਹੋਵੇ ਤਾਂ ਜ਼ਰੂਰ ਦੱਸੋ ਆਪਾਂ ਨੂੰ ਵੀ ਪਤਾ ਲੱਗੂ ਵੀ ਸੱਚੀ ਨਹੀਂ ਮਾਰਦੀ ਹੋਊਗਾ ਇੱਥੇ ਜੋਧਾ ਵੀ ਇੱਕ ਦੇਖਿਆ ਮੁੰਡੇ 'ਤੇ ਲਾਈ ਸੀਗੀ ਉਹਨੇ GS ਲੱਗੀ ਸੀ 71 ਉਹਦਾ ਵੀ ਇੱਥੇ ਟੱਕਰਾਂ ਟੁੱਕਰਾਂ ਵੱਜੀਆਂ ਉਹਦੇ ਵੀ ਨਹੀਂ ਵੱਜੀ ਸੀਟੀ ਉਹ ਪਤੰਦਰ ਦਾ ਬਾਅਦ 'ਚੋਂ ਛੋਟੀ ਲਵਾ ਕੇ ਲੈ ਕੇ ਆਇਆ ਟਰਬੋ ਪਤਾ ਨਹੀਂ ਕੀ ਕੀਤਾ ਇਹਨੇ ਛੋਟੀ ਕੀਤੀ ਕੀ ਕੀਤੀ ਟਰਬੋ ਦਾ ਫਰਕ ਪਾਇਆ ਫੇਰ ਜਾ ਕੇ ਸੀਟੀ ਮਾਰਨ ਲੱਗੀ ਬੈਕ ਚੈੱਕ ਸੀਟੀ ਚੈੱਕ ਕਰੋ ਮਰਜ਼ੀ ਗੱਲ ਅਤੇ ਹੁਣ ਇਹਦਾ ਇੱਕ ਹੋਰ ਤਕਨੀਕ 2-3 ਤਰੀਕੇ ਵਰਤ ਲਿਆ ਹੁਣ ਤੱਕ 3 ਵਾਰ ਜਾਣੀ ਪੱਟ ਕੇ ਜਗਾੜ ਕਰਕੇ ਲਾ ਕੇ ਦੇਖ ਲਈ 3 ਵਾਰ ਸੀਟੀ ਨਹੀਂ ਚੱਲੀ ਹੁਣ ਦੁਬਾਰੇ ਇੱਕ ਹੋਰ ਚੀਜ਼ ਕਰਕੇ ਦੇਖਣ ਲੱਗਿਆ ਉਹਨੂੰ ਛੋਟੀ ਜੇ ਹੋਵੇ ਵੀ ਨਾ ਚੱਲੀ ਫਿਰ ਕੁਛ ਹੋਰ ਕਰਕੇ ਦੇਖਾਂਗੇ ਇੱਕ ਆਖਰੀ ਤਰੀਕਾ ਜਿਵੇਂ ਨੂਰ ਦੇ ਡਰਾਈਟਰ 'ਤੇ ਲੱਗੀ ਸੀਗੀ ਨੂਰ ਵਾਲੇ ਨੇ ਵੀ ਨਹੀਂ ਮਾਰੀ ਸੀ ਪਹਿਲਾਂ ਸੀਟੀ ਉਹੀ ਗੱਲ ਕਰਦੀ ਹੁਣ ਵੀ ਨੂਰ ਵਾਲੇ ਦੇ ਵੀ ਫਿਰ ਜਗਾੜ ਕਰਕੇ ਲਾਉਣੀ ਪਈ ਸੀਗੀ ਨਹੀਂ ਤਾਂ ਫਿਰ ਉਹ ਜਗਾੜ ਹੋਊਗਾ ਅਤੇ ਕੱਲ੍ਹ ਨੂੰ ਆਪਾਂ ਸਮਰਾਲੇ ਵੀ ਜਾਣਾ ਇੱਥੋਂ ਟਾਈਮ ਨਾਲ ਵਿਹਲੇ ਹੋਈਏ ਯਾਰ ਅੱਜ ਉੱਦਾਂ ਗੱਲ ਤਾਂ ਮੈਂ ਸਿਸਟਮ ਨਾਲ ਹੀ ਆ ਵੱਡੀ ਆ ਟਰਬੋ ਜਿਵੇਂ ਇਹ ਚੱਕਰਾਂ ਦੀ ਵੀ ਲੇਟ ਕੰਮ ਸ਼ੁਰੂ ਕਰਦੀ ਆ ਹੈ ਨਾ ਬਾਕੀ ਇਹਨਾਂ ਨੂੰ ਨਾਲੋਂ ਵੀ 14-15 ਚੱਕਰ 'ਤੇ ਜਾ ਕੇ ਇਹਨੇ ਆਪਣਾ ਕੰਮ ਸ਼ੁਰੂ ਕਰਦੀ ਹੈ ਜਿਵੇਂ ਜਿਹੜਾ ਹੁੰਦਾ ਜਾਣੀ ਗਲਾਸ ਨੂੰ ਜਿੱਥੇ ਵੀ ਜਿਹੜਾ ਕਾਫੀ ਹੁੰਦਾ ਅਤੇ ਹੁਣ ਉਹੀ ਚੱਕ ਆ ਵੀ ਸ਼ਾਇਦ ਇਹ ਬੈਕ ਵੀ ਬਾਹਲੇ ਓਵਰ ਚੱਕਰਾਂ 'ਤੇ ਤਾਂ ਕਰੀ ਜਾਂਦੀ ਆ ਜਦੋਂ ਆਪਾਂ ਉੱਧਰੋਂ ਕਰਦੇ ਹਾਂ ਫਿਰ ਤਾਂ ਸੀਟੀ ਮਾਰੀ ਜਾਂਦੀ ਆ ਬੈਕ ਵਾਲੀ ਹੈ ਨਾ ਅਤੇ ਪਰ ਜਦੋਂ ਘੱਟ ਰੇਸ ਆ ਜਿਵੇਂ ਇੱਧਰ 1500 'ਤੇ ਨੂੰ ਸੀਟੀ ਮਾਰਨੀ ਚਾਹੀਦੀ ਹੈ ਇੰਨੀ ਜ਼ਿਆਦਾ ਆਪਾਂ ਉਹਦਾ ਕੀ ਲੈਣਾ ਓਵਰ ਰੇਸ 'ਤੇ ਸ਼ਾਇਦ ਸੱਟ ਪੈ ਰਿਹਾ ਹੁਣ ਵੀ ਇਹ ਮਾਰਦੀਆਂ ਨਹੀਂ ਹੋਈਆਂ ਬਈ ਅਸੀਂ ਕੋਈ ਕਹਿ ਨਹੀਂ ਸਕਦੇ ਟੱਕਰ ਤਾਂ ਉਹਨੇ ਬਹੁਤ ਮਾਰੀ ਆ ਇਹ ਇਹਦੀ ਵੀਡੀਓ ਖੋਲ੍ਹ ਕੇ ਦੇਖੋ ਸੀਟੀ ਬਹੁਤ ਘੈਂਟ ਲਾਉਂਦਾ ਟਰੈਕਟਰ ਦੇ ਹੋਲਣਾ ਦੇ ਪੂਰੀ ਜਾਣੀ ਜਿੰਨੇ ਦੇ ਵੀ ਲੱਗੀ ਆ ਵਧੀਆ ਲੱਗੀ ਆ ਨੂਰ ਵਾਲੇ ਟਰੈਕਟਰ ਦੇ ਵੀ ਇੱਥੇ ਲੱਗੀ ਸੀਗੀ ਅਤੇ ਉਹ ਵੀ ਵਧੀਆ ਮਾਰਦਾ ਜੀ ਹੁਣ ਬਾਕੀ ਰੱਬ ਦਾ ਹੁਣ ਪਤਾ ਲੱਗੂ ਪਰ ਨੂਰ ਵਾਲੇ ਟਰਬੋ ਵੀ 35 ਨੰਬਰ ਸੀਗੀ ਉਹੀ ਚੱਕਰ ਆ ਬਾਕੀ ਹੁਣ ਰੱਬ ਰਾਖਾ ਵੀਡ ਨਹੀਂ ਕਰਦੇ ਪਾਵਾਂਗੇ ਦਲੀਟ ਨਹੀਂ ਹੁੰਦੀਆਂ ਨਿੰਦੀ ਦਾ ਮੂੰਹ ਢੱਕ ਕੇ ਫਿਰੀ ਜਾਂਦਾ ਸੀਗਾ ਰੁਮਾਲ ਜਿਹਾ ਮਾਰ ਲਿਆ ਮੂੰਹ ਤੇ ਬੈਟ ਅਗਲੇ ਪਈ ਨਹੀਂ ਬਣਾ ਰਿਹਾ ਕਿੰਨੀ ਵਾਰੀ 5ਵੀਂ ਵਾਰੀ ਬੈਟ ਆਈ ਹਨ ਹੁਣ 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 ਹਿਸਾਬ ਆ ਗਿਆ ਨਹੀਂ ਤਾਂ ਫਿਰ ਨੂਰ ਵਾਲਾ ਕੰਮ ਕਰੀ ਜਿਵੇਂ ਉਹਦੇ ਲਈ ਸੀ ਪਰ ਉਹ ਵੀ ਉਹੀ ਚੀਜ਼ਾਂ ਆ ਗਈਆਂ ਚੱਲ ਹੁਣ ਸੈੱਟ ਆ ਗਿਆ ਕੰਮ ਹੁਣ ਉਹ ਮੂਹਰ ਲੈਣੇ ਉਹ ਮੋਟਾ ਕਰਤਾ ਅੰਦਰੋਂ ਹੈ ਨਾ ਪੂਰਾ ਕਰਤਾ ਉਹ ਹਵਾ ਬਾਹਰ ਦੀ ਜਾ ਰਹੀ ਸੀਗੀ ਉਹਦੇ ਅੰਦਰਲੇ ਪਾਸੇ ਅਤੇ ਇਹਦੀ ਵੀ ਪਹਿਲੀ ਆ 61 ਨੰਬਰ 'ਤੇ ਬਾਈ ਜੀ ਟਰਬੋ ਪਹਿਲੀ ਆ ਟਰਬੋ ਨਹੀਂ ਅੱਜ 61 ਨੰਬਰ 'ਤੇ ਸੀਟੀ ਪਹਿਲੀ ਵੀ ਲਾ ਰਹੇ ਆ ਵੀ ਤਾਰ ਕੇ ਚੱਕਰ ਮਾੜੇ ਮਾੜੇ ਹੋ ਰਹੇ ਆ ਅਕਸ਼ਨ ਦੇਖਦਾ ਅਕਸ਼ਨ ਟਰਬੋ ਨਹੀਂ ਬਦਲੀ ਟੱਕਰ ਮਾਰਾਂਗੇ ਅਸੀਂ ਮੈਂ ਪਹਿਲਾਂ ਐਕਚੁਲੀ ਗੱਲ ਦੱਸ ਕੇ ਹਟਿਆ ਵਾਂ ਮੈਂ 71 ਸੀਗੀ ਮੈਂ ਕਿਹਾ ਉਹਨੇ ਆਹੀ ਚੱਕਰ ਦੇ ਵਿੱਚ ਟਰਬੋ ਛੋਟੀ ਕਰਤੀ ਸੀਟੀ ਵਾਲੇ ਬਾਈ ਉਹ ਵੀ ਦੇ ਲਾ ਧੰਨ ਨਾਲ ਗੱਡੀ ਦਾ ਟਰਬੋ ਗੱਡੀ ਕਰਤੀ ਪਤਾ ਨਹੀਂ ਉਹ ਫਰਕ ਪਾ ਦਾ ਕੋਈ ਟਰਬੋ ਦੇ ਵਿੱਚ ਨਿੰਦੀ ਟੱਕਰਾਂ ਮਾਰ ਲੱਗਿਆ ਹੋਇਆ ਹਾਲੇ ਤੱਕ ਤਾਂ ਕਹਿੰਦਾ ਕਰੂੰ ਕੁਛ ਨਾ ਕੁਛ ਕਰੂੰ ਕੀ ਹੁਣ ਹੌਸਲਾ ਹੈਗਾ ਹੋ ਗਿਆ ਚਿਹਰੇ ਮੁਸਕਾਨ ਆ ਗਈ ਅਤੇ ਬਸ ਠੀਕ ਆ ਹੁਣ ਇੱਕ ਟੱਕਰ ਹੋਰ ਮਾਰੂਗਾ ਕਰੂੰ ਹੁਣ ਕਰਾਵਾਂ ਤਾਂ ਹੋਰ ਦੇਖੋ ਕਿਵੇਂ ਹੁੰਦਾ ਕਿਵੇਂ ਨਹੀਂ ਹੁੰਦਾ ਲੱਗੂ ਪਤਾ
आखिरकार हाँ ये को वीडियो मेरे तो बनी नहीं है उतो बधाई वीडियो तो बहुत वधिया बजन लग गई पर हम पंगा एक शो कि मैं कसा इतने सीटी मार दी है एड्डी के पैप से जो इदू पैप वी आती है फिर सीटी नहीं मारन वाड़ जाती है बाकी लैने रिव्यू भाई हाँ कि बाबे बन दी गल चलो भाई भाई जरा मान लिया लगाड़ा जल्दी ये खा थी खासा कुछ चेंज करना पाया ता करके काट ते जान दी फिर मार लिया क्यों काटदा थोड़ा ये हुंदा वा ते ओ ज्यादा गिरिया ने काम करदा ता बाकी रिपोर्ट हो क्या देखते हैं खोल के हम मिलता शो तो मैं ओ भरावा कल समराले जाना मूहां ते ओह करनियां पैणियां ऐनकां लै के रमार मूल बनने पैणे आ भी सेक मारदा इहदा सेक बहुत मारू शो तो बना हुण इत्थे मैं दिखा नहीं सकदा नगर कीर्तन आ गया जी जल्दी जल्दी टिकट कढ़न लगियां नहीं मैनूं नेरा हो जाणा इत्थे रोड नूं होणा ब्लॉक नगर कीर्तन उद्दां दा पूरा ओह हुंदा रश बहुत हुंदा वा पूरा भाई तबाही आ जमा काट दे ला दी सानूं उम्मीद नहीं सी मैनूं आए सी डिलीट करनियां पैणियां डिलीट नहीं कीतियां भाई पर जगाड़ नहीं पता हूं ना तो यह ना कि दिखाया नहीं गा सानू आप नहीं पता किवें लग गया पर लग गया दिमाग बहुत लाया घट्टो घट दस बार पट के ला ली दिखावे चाहता हले दूर वाला बंदा वा फोन कर लो यार दो सानू पता वा उन्नी क सलाह हां आप बाले कोई भरावा थोड़े यार गई बिल्कुल ਇਹਦਾ ਐ ਨਾ ਇੱਕ ਵਾਰ ਆਪਾਂ ਪੱਟਣੀ ਹੋਈ ਦੁਬਾਰੇ ਹੁਣ ਜਦੋਂ ਬਾਅਦ ਸਾਰਾ ਕੁਝ ਕਰਾਂਗੇ ਅੱਜ ਹੁਣ ਦਿਖਾ ਦਿੰਦੇ ਉਦੋਂ ਬਾਅਦ ਵੀ ਸ਼ੋ ਹੋਲੇ ਜਦੋਂ ਕਸਾਂਗੇ ਇਹਨੂੰ ਪੱਟ ਕੇ ਨਾ ਪਰੇ ਦੀ ਕੱਢਾਂਗੇ ਸ਼ੋ ਦਾ ਕਸਣੀ ਪੈਣੀ ਆਪਾਂ ਨੂੰ ਜਿਵੇਂ ਮਰਜ਼ੀ ਕਹਿ ਲਈਏ ਉਹ ਨਹੀਂ ਚੱਕਰ ਹੈਗਾ ਯਾਨੀ 2000 ਤੋਂ ਤਾਂ ਕੰਮ ਹਾਂ ਇਹ 2000 ਤੇ ਨਾ ਜਾ ਕੇ ਸੀਡੀ ਮਾਰਦੀ ਆ 2000 ਚੱਕਰ ਦੇ ਆਸ ਪਾਸ ਵੱਡੀ ਕਰਕੇ ਆ ਯਾਰ ਸ਼ੁਰੂ ਵੀ ਲੇਟ ਕਰਦੀ ਆ ਖਤਮ ਵੀ ਲੇਟ ਕਰਦੀ ਆ ਬਸ ਉਹ ਹਿਸਾਬ ਨਾਲ किसी भी हालत चकने सारा कुछ हूं नेरा बहुत हो गया यार टर्बो ने टाइम बहुत लेना सिटी ने कही तड़के मैं 10:30 बजे का इतने आया टाइम ला लो 5:30 हो गए टाइम बहुत लै जाती है क्योंकि यार मैं देखिया वीरे ने अपने हॉलैंड के जाने बाकी टिकटा लाई है छोटी टर्बो से इन्नी सोहनी सीटी मार दी है एक बार के बच्चे फैट आ जाती थी वह वीड्डी करके चक्कर पिया एक पहली बार लाई है बई ने काढ़ दे भी चक्कर पै गया भी नहीं जी उस हिसाब का भेद पर हूँ पै गया हूँ लग गया पता भी की हिसाब का वे की नहीं बस मैंने शो का अफसोस आ कल सेक बहुत बजू मूँह से अरे बई जी आ चीज बनी आ जे किसी समझ आती है तो समझ लो जिहड़ी गल आ इदां पैप विचाले लाई आ ठीक आ ते आ देख लो निक्की जी इन्नी क लगी आ इत्थे मूंह बनाया जानी जिन्ना टर्बो दा मूंह सीगा मूंह कवर कीता ना पैप अपना मां इह 2.5 इंच हुंदा वा हाड़ा 2.5 इंच दा पैप आ जिहड़ा 1.5 इंच पैप जिहनूं कहिंदे हन मंजे वाला पैप मंजे वाला ते आ 2 इंच पैप आ ओके जिहड़ा आपां टर्बो वाला अगे लाया वा अच्छा फिर ओहदे उत्ते जानी आहा पैप नालों आ पैप मोटा इह पैप नालों आ पैप मोटा हां ते इहदे नालों आ मोटा इहदे नालों आ मोटा ओके फिर जिगाड़ लोट आया रोक रोक
ਵੀ ਓਕੇ ਆ। ਓਕੇ ਯਾਰ ਬੋਟਾ ਆਹੋ नजारे बन्ने पे यार नजारे चल लारी मार दे रे पर आप अज लवाई ना दस रहे भी चला देखियो देख लो पिंड आ गया दुबा सीटियां नहीं बचनिया नेड़े आए गुरुद्वारा साहब आपां इदां आ गल बस इतों बाद थानू घरे आके आप की करना आंढ गवांढ मत्थे लड़ना है रोड़ी आए आ गल जाने बस भाई ओके है यार इतना पता ही है सबू ना कि एल टैप बननी होंगी बाकी तुम नंदी ने मैं कहना दस भी इतना है भी किमें की हिसाब हिताब बनया वा मैंने शो का बहुत अफसोस है यार ठीक है हूँ भी मार बोलता नहीं इदा है चल आप शो तो पहला भी खोली रखी आ अज डीजल सारा जो डीजल ने मारे हुआ है शो तो पहला भी खोली रखी है गल वो नहीं हैगी जो ए खेत कद्दू करते उदो शो खोली सी थोड़ा का टाइम कुछ दिन ली खोली सी आ कुछ करते करके खोली सी उदो आया ट्रैक्टर भजदा नहीं हों पहले बी बू चलता हों 1500 चक्कर से हवा आसे पासे हो जाती है हम भजते तो यार हवा सीधी मूँह में पैंती है कल तो मूँह में ढक के जाने पैने मैं लगता बाकी पता नहीं शायद जाना नहीं जाना वो तो अपन कुछ पता ही नहीं अच्छे फोन लाना भीरे भी जे तो अपना समान तैयार हो गया हो फिर तो जाके पवा के लियावे नहीं तो बस रब का नाम ही आ हूँ एक्सपैरीमेंट ही होया ये ना उतो बाद घुमा के अपन इतों इदा कढ़नी पैनी है इतों आए निकलनी है बेंडी उ नगर कीर्तन आया करके नगर कीर्तन तो बंद करना पैना है क्योंकि वो पहले ही कही जाते भी आवाजा वूजा आदि नगर कीर्तन है ना तो करके अपना उतों पासा वटिया भी हूँ चलीए जानी ट्रैक्टर अंदर बाड़ता उत्थे ही उही जगह नगर कीर्तन खड़ के एंड होना सीगा यानी उन्होंने खत्म करना सीगा तो उत्थे नेरा होया नहीं बहुत ज्यादा ता करके हुण काम निबेड़िया भी चल कोई नहीं शो हुण फिर देखांगे की आ की नहीं ओह रब दा नाम ही आ बस होर तां की आ हुण इदो अगे बस ठीक है जी मिलदे आं तुहानूं अगली वीडियो दे विच दिखाउने आ कुछ नहीं कहा अगली वीडियो जी की होगी दिखाउने आ ये नहीं पता हैगा भी इत्थे ही होई आ ही कुछ करदे होईए ते ये नहीं पता आपां कुछ करा लईए जां दस दें अगे बनाने है ना भी की बनता तो की नहीं बनता।